त्यागजानी और तुसी दे रहे हो FSD ऑफिशियल चैनल नाजरीन। अज असी हैं सरगोधा रोड बाईपास दे मंडी दे विच और चलते हैं और देखते हैं जानवरों की की कीमतां ने, मंडी किन्नी की तेज़ आ। और तुहानू पता पिछली बारी जानवर जरा थोड़े रियाए सीगे, मतलब कि जे अगर 1 लाख रुपए का ही तो इस बारी 2 लाख 2.5 लाख का वा। तो चलो आज चलते हैं देखते हैं मंडी के हालात की ने। भाई होने ने जो 20 लाख डिमांड कर रहे हैं जी, भाई कोई च रियायत है कि नहीं? बिल्कुल रियायत भी करा, लेकिन ये हा के महंगाई भी पता कितने चली गई है। वो तो बिल्कुल ठीक है यार, पर एक पेट्रोल दे चल देने दे, डीजल ते चल दे राती हूं 13,000 रुपया लिया टोबे दा उन्होंने इत्थे तक। टोबे दा? हां जी टोबे दा। कड़ा एक जानवर ले आने पूरे ट्रक दी गल की, ट्रक दा 4 पा के आए हूं। ए देख ला भाई, अगर ज्यादा पाइए ते तंगी मिलदी उन्हां नूं। ते अच्छा 3 दे, चलो 4 ਤੁਸੀਂ ਜਾਨਵਰ ਲੈ ਆਏ ਤੇ 13,000 ਰੁਪਏ ਤੋਂ ਜ਼ਿਆਦਾ ਤੇ ਨਹੀਂ ਹੈ ਵੈਸੇ? ਜ਼ਿਆਦਾ ਤਾਂ ਬਹੁਤ ਹੈ ਯਾਰ, ਸਾਡੇ ਵਾਸਤੇ ਤਾਂ ਬਹੁਤ ਹੈ, ਤੇ ਖਰਚੇ ਹੀ ਬਹੁਤ ਆ। ਤੇ ਹੁਣ ਸਾਰੇ ਇੱਥੇ ਕੱਢਨੇ ਆ? ਤੇ ਇਹ ਚੋਂ ਨਹੀਂ ਕੱਢਨੇ, ਦੂਸਰਿਆਂ ਤੇ ਹੀ ਕੱਢਨੇ ਆ ਨਾ, ਇਸ ਤੇ ਵੀ ਕੱਢਨੇ ਨੇ। ਨਹੀਂ ਯਾਰ, ਜਾਨਵਰ ਦਾ ਸਾਮਾਨ, ਜਾਨਵਰ ਤੁਹਾਡਾ ਮਾੜਾ ਨਹੀਂ, ਅਸੀਂ ਇਹ ਨਹੀਂ ਕਵਾਂਗੇ, ਲੇਕਿਨ ਕੋਈ ਰੇਟ ਤਾਂ ਸਹੀ ਕਰੋ ਨਾ। ਤੇ ਰੇਟ ਠੀਕ ਕਰ ਲਿਸ਼ਾਂਗੇ। ਪੌਣੇ ਕੋ 2 ਲੱਖ? ਨਾ, ਪੌਣੇ 2 ਲੱਖ ਦਾ ਇਹਨਾਂ ਸਾਨੂੰ ਹੀ ਨਹੀਂ ਮਿਲਦਾ। ਦੋਗ ਦਾ ਹੈ ਸੀ? ਨਹੀਂ, ਦੋਗ ਦਾ ਹੀ ਨਹੀਂ ਹੋਣਾ ਯਾਰ, ਅਸੀਂ ਤਾਂ ਆਪਣੀ ਟੀਮ ਲਈ ਲੈਣਾ ਸੀਗਾ। ਨਾਜ਼ਰੀਨ ਦੇਖ ਲਓ, ਜਾਨਵਰ ਠੀਕ ਹੈ ਨਹੀਂ ਕਿ ਨਹੀਂ, ਪਰ ਕੀਮਤਾਂ ਨਹੀਂ ਸਹੀ ਆ, ਕੀਮਤਾਂ ਬਹੁਤ ਜ਼ਿਆਦਾ ਨੇ, ਕੀਮਤਾਂ ਵਿੱਚੋਂ ਹੀ ਜ਼ਿਆਦਾ ਨੇ, ਮਹਿੰਗਾਈ ਵੀ ਬਹੁਤ ਹੋ ਗਈ ਹੈ ਯਾਰ। ਮਹਿੰਗਾਈ ਉਨੀ ਹੁੰਦੀ ਨਹੀਂ ਜਿੰਨੀ ਆਪਾਂ ਲੋਕ ਕਰਦੇ ਨੇ, ਤੇ ਆਪਾਂ ਕਰਦੇ ਆ, ਸਾਨੂੰ ਹੀ ਪਤਾ ਮਹਿੰਗਾਈ ਹੋ ਹੀ ਬਹੁਤ ਗਈ, ਮਿਲਦਾ ਕੀ ਪਿਆ ਯਾਰ? ਦੇਖੋ ਪੈਸੇ ਹੁੰਦੇ ਹਰ ਚੀਜ਼ ਮਿਲਦੀ ਹੈ, ਮਿਲਦੀ ਹੈ, ਲੇਕਿਨ ਮਹਿੰਗਾਈ ਵੀ ਕਿੱਥੇ ਚਲੀ ਗਈ? ਮਹਿੰਗਾਈ ਬਿਲਕੁਲ ਹੈਗੀ ਆ, ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ, ਪਰ ਇੰਨੀ ਜ਼ਿਆਦਾ ਵੀ ਨਹੀਂ ਆ ਯਾਰ। ਜਿਹੜਾ ਜਾਨਵਰ ਮਤਲਬ ਕਿ 50,000 ਦਾ ਪਿਛਲੇ ਵਾਰੀ ਮਿਲਦਾ ਸੀ, ਇਸ ਵਾਰੀ 1.5 ਲੱਖ ਦਾ, 2 ਲੱਖ ਅੱਗੇ 150 ਨੂੰ ਲੀਟਰ ਮਿਲਦਾ ਸੀ, ਹੁਣ 250 ਨੂੰ ਮਿਲਦਾ ਪਿਆ। ਇਹੀ ਤਾਂ ਗੱਲ ਹੈ ਨਾ, ਪਿਛਲੀ ਘੁੰਮੋ ਚ ਤਾਂ ਵੈਸੇ ਇੰਨਾ। ਹਾਂ, ਪਿਛਲੀ ਉਮਰ ਬਿਲਕੁਲ, ਅਸੀਂ ਵੀ ਦਿੰਦੇ, ਸਾਨੂੰ ਹੀ ਮਿਲਦਾ ਸੀ, ਇਹ ਵੀ ਉਮਰ ਦਿੰਦੇ ਸੀ, ਤੇ ਹੁਣ ਉਧਰ ਮਹਿੰਗਾਈ ਹੋਈ ਤੇ ਇੱਧਰ ਮਹਿੰਗਾਈ ਜਾਨਵਰਾਂ ਦੀ। ਹਰ ਫਾਈਨਲ ਕੀ ਦੇਣ ਆ ਤੁਹਾਡਾ? ਫਾਈਨਲ 4-5 ਲੱਖ ਦਾ ਦੇ ਦੇਵਾਂਗੇ। ਓਏ ਨਹੀਂ ਯਾਰ, ਗੱਲ ਫੇਰ ਨਹੀਂ ਬਣਦੀ ਤੇਰੀ। ਹਾਂ, ਨਹੀਂ 5 ਦੇ ਦੇ ਦੋ ਯਾਰ, ਗੱਲ ਕੋਈ ਮناسب ਦਾ ਸਵਾਗ ਦੋ ਦਾ ਦੇਣ। ਨਾ ਨਾ ਨਾ, ਸਵਾਗ ਦੋ ਦਾ ਨਹੀਂ। ਅੱਛਾ ਭਰਾ ਜੀ, ਪਹਿਲੇ ਮੈਨੂੰ ਦੱਸੋ 20 ਦੀ ਚ ਖਾਸੀਅਤ ਕੀ ਹੈ? ਖਾਸੀਅਤ ਮੱਖਣ ਖਵਾਈਦਾ। ਮੱਖਣ ਤੁਹਾਡੀ ਸਿਹਤ ਤੋਂ ਤੇ ਲੱਗਦਾ ਨਹੀਂ ਹੈ? ਤੇ ਸਾਡੀ ਸਿਹਤ ਤੋਂ ਤਾਂ ਨਹੀਂ ਲੱਗਦਾ, ਦੇ ਦੋ ਤੂੰ ਦੱਸਦਾ ਪਿਆ ਤੈਨੂੰ। ਪਰ ਇੰਨਾ ਜ਼ਿਆਦਾ ਵੀ ਨਹੀਂ, ਅੱਲਾ ਦੇ ਬੰਦੇ, ਮਤਲਬ ਕਿਸ ਹਿਸਾਬ ਨਾਲ ਤੁਸੀਂ ਇਹਨੂੰ ਖਵਾਉਂਦੇ? ਜਦੋਂ ਪੱਠੇ ਪਾਈਦੇ ਨਾਲ, ਬਿਲਕੁਲ ਆਪਣਾ ਕਿਲੋ ਨਾਲ ਇਹਨਾਂ ਨੂੰ ਪਾਈਦਾ ਹੈ ਮੱਖਣ। ਮੱਖਣ ਤੇ ਉਸ ਹਿਸਾਬ ਨਾਲ 20 ਲੱਖ ਦਾ ਹੋ ਗਿਆ? ਤੇ 20 ਲੱਖ ਦਾ ਨਹੀਂ, ਜਿਹੜਾ ਉਹ ਜਿੰਨਾ ਕਿ ਖਰਚਾ, ਅਗਰ 20 ਜਿਹੜਾ ਕਿਲੋ ਘੀ ਦੇ ਪੈਸੇ ਬਣਾ 2400 ਰੁਪਈਆ, ਉਹਦੇ ਹਿਸਾਬ ਟੋਟਲ ਲਾ ਇਹਨੂੰ 2 ਸਾਲ। ਉਸ ਹਿਸਾਬ ਨਾਲ ਬਣਦਾ, ਪਰ ਮੈਨੂੰ ਲੱਗਦਾ ਨਹੀਂ ਤੁਸੀਂ ਇੰਨਾ ਖਵਾਉਂਦੇ ਹੋ। ਤੇ ਖਵਾਉਂਦੇ ਦਿਸਦਾ ਨਹੀਂ ਪਿਆ ਤੈਨੂੰ, ਖਵਾਏ ਨੇ ਕਿ ਨਹੀਂ ਖਵਾਏ? ਉਹ ਤਾਂ ਲੱਗ ਰਿਹਾ ਕਿ ਜਾਨਵਰ ਮਾਸ਼ਾਅੱਲਾ ਸਿਹਤਮੰਦ ਆ, ਪਰ 20 ਲੱਖ ਦਾ ਹੀ ਖਵਾਤਾ? 20 ਲੱਖ ਦਾ ਹੀ ਖਵਾਇਆ ਨਾ ਯਾਰ। ਜਾਨਵਰ ਤੇਰਾ ਠੀਕ ਹੈ, ਗੱਲ ਮੰਨਣ ਚ ਆਉਂਦੀ ਹੈ, ਪਰ ਰੇਟ ਨਹੀਂ ਮੰਨਣ ਚ ਆਉਂਦਾ ਤੇ ਰੇਟ ਨਹੀਂ ਮੰਨਣ ਨਾਲ ਤੁਹਾਨੂੰ ਕੁਝ ਰਿਆਇਤ ਹੀ ਕਰਾਂਗੇ ਯਾਰ। ਵੈਸੇ ਮੱਖਣ ਇਹਨੂੰ ਖਵਾਇਆ ਵੀ ਆ ਤੁਸੀਂ? ਖਵਾਇਆ, ਦਿਸਦਾ ਨਹੀਂ ਪਿਆ ਤੈਨੂੰ? ਆ ਵੇ ਕਿਤੇ ਮੇਰੇ ਮਗਰ ਹੀ ਨਾ ਪਵਾ ਦੇ ਜਾਨਵਰ ਯਾਰ ਤੂੰ। ਮੱਖਣ ਖਵਾਇਆ ਮੁੜ ਕੇ, ਇਹ ਜਿਹੜਾ 20 ਲੱਖ ਦਾ ਜਿਹੜਾ ਮੱਖਣ ਖਵਾਇਆ, ਭਾਵੇਂ ਸਾਡੇ ਤੇ ਹੀ ਆ ਜਾਵੇ ਕਿਤੇ। ਮੱਖਣ ਖਵਾਇਆ ਤਾਂ ਤਦ ਹੋਇਆ ਨਾ, ਇਹ ਨਹੀਂ ਜਨਾਬ, ਇਹ ਤੁਸੀਂ ਮਗਰ ਪਵਾਇਆ ਵਾ। ਨਹੀਂ ਨਹੀਂ, ਜਦੋਂ ਮਗਰ ਆਇਆ। ਹਾਂ ਆਇਆ ਨਹੀਂ, ਇਹ ਪਵਾਇਆ ਵਾ। ਨਹੀਂ ਫੇਰ ਵੀ ਯਾਰ, ਆਏ ਹਾਏ ਹਾਏ, ਬੜੀ ਮੁਸ਼ਕਿਲ ਹੈ ਇਹਨੂੰ ਆਇਆ ਪਿਆ ਯਾਰ, ਘੁੰਮ ਕੇ ਨਾਲ ਨਹੀਂ ਦੇਖ ਲਓ ਯਾਰ। ਬਾਕੀ ਨਾ 20 ਲੱਖ ਰੁਪਇਆ ਮੱਖਣ ਕਹਿੰਦੇ ਖਵਾਇਆ, ਹਰ ਪੱਠੇ ਦੇ ਨਾਲ 1 ਕਿਲੋ ਮੱਖਣ ਖਵਾਈਦਾ ਇਹਨਾਂ ਨੂੰ, ਤੇ ਇਸ ਹਿਸਾਬ ਨਾਲ 20 ਲੱਖ ਦਾ ਯਾਰ। ਯਾਰ ਮੰਨਣ 'ਚ ਗੱਲ ਨਹੀਂ ਆਉਂਦੀ ਕਿ ਕਿਲੋ ਮੱਖਣ ਇੱਕ ਟਾਈਮ ਦਾ ਸੀ। ਉਹ ਭਾਈ ਹੁਣ ਤੁਸੀਂ ਮੰਨੋ, ਮਹਿੰਗਾਈ ਕਿੱਥੇ ਚਲੀ ਗਈ ਆ ਯਾਰ? ਮਹਿੰਗਾਈ ਦੇ ਹਿਸਾਬ ਨਾਲ ਹੀ ਕਹਿ ਰਹੇ ਕਿ ਪਾਈਆ, ਤੂੰ ਆਪ ਨਹੀਂ ਕਦੀ ਖਾਧਾ ਹੋਣਾ, ਤੂੰ ਕਿਲੋ ਇਹਨੂੰ। ਮੈਂ ਵੀ ਖਾਧਾ, ਮੇਰੀ ਵੀ ਸਿਹਤ ਵੇਖ ਲਾ ਤੇ ਦਾਨ ਦੀ ਵੀ ਵੇਖ ਲਾ। ਨਹੀਂ ਇਹ ਤੇ ਵੈਸੇ ਬਿਮਾਰੀ ਬਿਮੂਰੀ ਤਾਂ ਨਹੀਂ ਕਿਤੇ, ਮਤਲਬ ਕਿ ਤੁਸੀਂ ਕਹਿੰਦੇ ਸਿਹਤ ਆ। ਬਿਲਕੁਲ ਟੈਟ ਆ। ਕਿੰਨੇ ਜਾਨਵਰ ਖੜੇ ਆ ਮੇਰੇ ਸਾਰੇ ਤੁਹਾਡੇ? ਆ ਬੇਬੀਆਂ ਖੁੱਲੀਆਂ ਸਾਰੀਆਂ ਹੀ ਮੇਰੀਆਂ। ਕੁਰਲੀਆਂ ਤੁਹਾਡੀਆਂ ਹੋਣੀਆਂ ਜਿੱਚ ਪੱਟੇ ਖਾਂਦੇ ਆ ਜਾਨਵਰ? ਜਾਨਵਰੀ ਮੇਰੇ ਦੇ ਨਾਜ਼ਰੀਨ ਦੇ ਲੋ, ਕਹਿੰਦੇ ਜਿੰਨੀਆਂ ਕੁਰਲੀਆਂ ਸਾਰੀਆਂ ਮੇਰੀਆਂ ਹੀ ਆ। ਮੈਂ ਕੁਰਲੀਆਂ ਹੋਣੀਆਂ, ਜਾਨਵਰ ਨਹੀਂ ਹੋਣੇਗੇ, ਹੁਣ ਕਹਿ ਰਹੇ ਜਾਨਵਰ ਵੀ ਮੇਰੇ ਦੇ ਯਾਰ। ਇੰਨੇ ਜਾਨਵਰ ਤੇਰੇ, ਸਾਡੀ ਟੀਮ ਲਈ ਇੱਕ ਸਸਤਾ ਹੀ ਆ ਦੇ ਦੇ। ਸਸਤਾ ਖੜਾ ਵਿੱਚ, ਉਹ ਵੀ ਖਲਾ, ਛੋਟਾ ਖਲਾ ਦੇ ਦੇ। ਆਹ ਲੈਣਾ ਜਾਨਵਰ, ਠੀਕ ਹੈ ਤੇਰਾ, ਇਹ ਜਾਨਵਰ ਤੈਨੂੰ ਦੇ ਦੇਵਾਂ ਯਾਰ। ਹੈਗਾ ਤੂੰ 20 ਦਾ ਦੱਸ ਦੇ ਇਹਨਾਂ ਨੂੰ, 20,000 ਲੱਖ ਦਾ ਨਾ ਬਈ। ਨਾਜ਼ਰੀਨ ਤਾਂ ਖਾਣ ਨੂੰ ਪੈ ਰਿਹਾ, ਦੱਸਣਾ ਇਹਨੇ ਕੀ ਆ ਯਾਰ। ਬਾਕੀ ਇਹ ਤਾਂ ਮੇਰੀ ਗੱਲ ਸੁਣ, ਅਸੀਂ ਆਪਣੀ ਟੀਮ ਲਈ ਲੈਣਾ। ਹੁਣ ਨਾਸ਼ਤਾ ਕਰਨਾ, 350 ਪੱਠੇ ਮਿਲਣੇ ਨੇ ਜਿਹੜੇ ਨੇ ਹੁਣ ਖਾਣੇ ਨੇ, ਮਤਲਬ ਕਿ 350 ਨੂੰ ਪੱਠੇ, ਤੇ ਉਸ ਤੋਂ ਬਾਅਦ ਦੂਸਰਾ ਆਪਣਾ ਉਹ ਪੈਟਰੋਲ ਤੇ ਚੱਲਦਾ ਨਾ, ਪਾਣੀ ਵੀ ਅੱਜ ਮਹਿੰਗਾ ਤੇ ਬਿਲਕੁਲ ਠੀਕ ਹੈ ਮਹਿੰਗਾ, ਉਹ ਵੀ ਕਿਉਂ ਦੇ ਬਰਾਬਰ ਹੀ ਆ। ਇਹ ਪਾਣੀ ਮਤਲਬ ਤੁਸੀਂ ਇੱਥੇ ਬੋਰ ਬੁਰ ਕਰਾਇਆ? ਬੋਰ ਕਰਾਇਆ, ਬੜੀ ਗੱਲ ਹੈ ਯਾਰ। ਵੈਸੇ ਉਹ ਹਰ ਇੱਕ ਨੇ ਠੀਕ ਹੋ ਗਿਆ, ਬਾਕੀ ਤੁਹਾਡਾ ਫਾਈਨਲ? ਫਾਈਨਲ ਆ ਯਾਰ, ਨਾ ਤੇਰੀ ਤੇ ਨਾ ਸਾਡੀ। ਅੱਛਾ, ਰੁਪਿਆ 1.5 ਲੱਖ? ਉਹ 1.5 ਲੱਖ ਦਾ ਤੈਨੂੰ ਕੁੱਕੜ ਨਹੀਂ ਮਿਲਣੀ।
कुकड़ भी तेरे फिर देसी घ्यो वाले होने नाजरी देखो कहना 1.5 लाख का तेन कुकड़ नहीं मिलना मतलब इन्हें जो कुकड़ पाले होने उन्होंने भी मखन मुकन नहीं खवाया होना जरा इन्ना रेट कुकड़ भी 1.5 लाख के पहुँच गया कबूतर 5 लाख के नाल कोई ले आए जानवर जो कबूतर का काम आया कबूतर भी 4-5 लाख के ने कुकड़ी भी है नाजरीन ना गल बननी नहीं हैगी चलो कितने अगे चलते हैं यार नाजरीन तुम दस्या मंडी आए हैं अं सरगोधा रोड से मंडी हैगी बाईपास के कोल लेकिन रेट इन्ने ज़्यादा किसी नाल कोई गल नहीं बनी असं तो सोचे है चलो एक वीडियो भी बन जाएगी और एक जानवर भी ले लवेंगे लेकिन रेट ही बहुत ज़्यादा है जो को भी पूछा वा 20 लाख वाला जरा वो 20 ही है अगर 3 लाख वाला 3 ही है कोई 5 लाख वाला 5 ही है तो किसी ने भी कोई डिस्काउंट करने की गल नहीं तो 5-7 हज़ार डिस्काउंट करते उस फिर तुम पता कि कोई गल तो बनती नहीं है तो चलो इंशाल्लाह मिलेंगे तुम्हें नेक्स्ट वीडियो के तब तक अल्लाह हाफिज़ तो साढ़े चैनल लाजमी तुम्हें सब्सक्राइब करना और वीडियो लास्ट तक जरूर देख